ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਇੱਕ ਖਾਸ ਸ਼ੋਅ ਇੱਕ ਵਾਰ ਫਿਰ ਤੋਂ ਸਟੂਡੈਂਟਸ। ਉਹ ਸਟੂਡੈਂਟ ਜਿਹੜੇ ਅਬਰੋਡ ਜਾਣਾ ਚਾਹੁੰਦੇ ਨੇ, ਓਵਰਸੀਜ਼ ਜਾਣਾ ਹੈਗਾ ਉਹਨਾਂ ਨੇ, ਡ੍ਰੀਮ ਹੈਗਾ, ਪਰ ਕਿਤੇ ਨਾ ਕਿਤੇ ਉਸ ਡ੍ਰੀਮ ਨੂੰ ਪੂਰਾ ਕਿੱਦਾਂ ਕਰਨਾ ਹੈਗਾ, ਇਸ ਨੂੰ ਲੈ ਕੇ ਕਨਫਿਊਜ਼ਨ ਜਿਹੜੀ ਆ ਉਹ ਸਟੂਡੈਂਟਸ ਦੇ ਮਨ ਦੇ ਵਿੱਚ ਬਣੀ ਹੋਈ ਹੈ, ਚਾਹੇ ਉਹ ਕੰਸਲਟੈਂਟ ਨੂੰ ਲੈ ਕੇ ਹੋਵੇ ਅਤੇ ਚਾਹੇ ਆਪਣੇ ਪ੍ਰੋਫਾਈਲ ਨੂੰ ਲੈ ਕੇ, ਚਾਹੇ ਉਹ ਪ੍ਰੋਸੀਜ਼ਰ ਨੂੰ ਲੈ ਕੇ। ਸੋ ਇਹੀ ਸਾਰੀ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਜੀ ਆਪਣੇ ਸ਼ੋਅ ਦੇ ਵਿੱਚ ਤੋਂ ਮਿਸਟਰ ਨੀਰਜ ਜੀ। ਸੋ ਵੈਸੇ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹੈ, ਤੁਸੀਂ ਆਲਰੇਡੀ ਉਹਨਾਂ ਦੇ ਇੰਨੇ ਸ਼ੋਅਜ਼ ਦੇਖਦੇ ਹੋ, ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਲੋਕ ਇਹਨਾਂ ਦੇ ਥਰੂ ਪਹੁੰਚ ਵੀ ਚੁੱਕੇ ਨੇ ਆਪਣੀਆਂ ਡ੍ਰੀਮ ਡੈਸਟੀਨੇਸ਼ਨ 'ਤੇ। 10 ਸਾਲ ਹੋ ਗਏ ਨੇ ਕੰਪਨੀ ਨੂੰ, ਬਹੁਤ ਹੀ ਲੰਬਾ ਟਾਈਮ ਇੱਕ ਹੋ ਜਾਂਦਾ ਹੈ। ਖਾਸੀਅਤ 4000 ਤੋਂ ਵੀ ਵੱਧ ਵੀਜ਼ਾ ਜਿਹੜੇ ਨੇ ਉਹ ਆ ਚੁੱਕੇ ਨੇ। ਸੋ ਅੱਜ ਇਸੇ ਕਰਕੇ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਕਿ ਜਿਹੜੇ ਤੁਹਾਡੇ ਮਨ ਦੇ ਡਾਊਟਸ ਨੇ, ਇੱਕ ਐਕਸਪਰਟ ਦੇ ਕੋਲੋਂ ਉਹਨਾਂ ਬਾਰੇ ਅਸੀਂ ਪੁੱਛ ਸਕੀਏ, ਉਹਨਾਂ ਦੀ ਕਲੈਰਿਟੀ ਜਿਹੜੀ ਹੈ ਉਹ ਲੈ ਸਕੀਏ। ਸੋ ਅੱਜ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ UK ਨੂੰ ਲੈ ਕੇ, ਤੁਹਾਨੂੰ ਵੀ ਪਤਾ ਦੁਬਾਰਾ ਤੋਂ ਪ੍ਰਮੋਟ ਹੋ ਰਿਹਾ, ਸਟੂਡੈਂਟ ਇੰਟਰਸਟਡ ਵੀ ਹੈਗਾ ਆ, ਕਿਤੇ ਨਾ ਕਿਤੇ ਫਿਰ ਵੀ ਡਾਊਟਸ ਕਨਫਿਊਜ਼ਨ, ਉਹਨੂੰ ਲੈ ਕੇ ਗੱਲ ਕਰਾਂਗੇ। ਨਾਲ ਦੀ ਨਾਲ ਅਸੀਂ ਸਾਈਪ੍ਰਸ, ਜੋ ਕਿ ਇੱਕ ਫੇਮਸ ਨੇ, ਕਿਉਂਕਿ ਸਾਈਪ੍ਰਸ ਦੇ ਤਮਾਮ ਸਟੂਡੈਂਟ ਜਿਹੜੇ ਨੇ ਪਹੁੰਚ ਚੁੱਕੇ ਨੇ, ਸੋ ਨਾਲ ਦੀ ਨਾਲ ਟੂਰਿਸਟ ਵੀਜ਼ਾ ਦੀ ਵੀ ਗੱਲਬਾਤ ਹੋਏਗੀ, ਚਾਹੇ ਆਸਟ੍ਰੇਲੀਆ, ਚਾਹੇ ਕੈਨੇਡਾ ਹੈਗਾ ਅਤੇ ਚਾਹੇ ਸ਼ੈਨੇਗਨ ਦਾ ਟੂਰਿਸਟ ਵੀਜ਼ਾ, ਉਹਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਸੋ ਜੀ, ਆਉਣ ਵਾਲੇ 20-25 ਮਿੰਟ ਬਹੁਤ ਹੀ ਤੁਹਾਡੇ ਲਈ ਅਹਿਮੀਅਤ ਵਾਲੇ ਹੋ ਸਕਦੇ ਨੇ, ਹੋ ਸਕਦਾ ਤੁਹਾਡੇ ਮਨ ਦੇ ਜਿਹੜੇ ਡਾਊਟਸ ਨੇ ਉਹ ਕਲੀਅਰ ਹੋ ਸਕਣ, ਅਤੇ ਧਿਆਨ ਦੇ ਨਾਲ ਸੁਣਨਾ। ਬਾਕੀ ਕਰੀਅਰ ਓਵਰਸੀਜ਼ ਦੇ ਜਿਹੜੇ ਨੰਬਰ ਨੇ ਲਗਾਤਾਰ ਟੀ ਵੀ ਸਕਰੀਨ 'ਤੇ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ, ਇਹਨਾਂ ਨੂੰ ਨੋਟ ਕਰਕੇ ਰੱਖ ਲਓ ਜੀ, ਵੈਲਕਮ ਕਰ ਲੈਂਦੇ ਹਾਂ। ਵੈਲਕਮ ਮਿਸਟਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਰ, ਪਹਿਲਾ ਸਵਾਲ UK ਨੂੰ ਲੈ ਕੇ ਰਹੇਗਾ, ਸਾਨੂੰ ਵੀ ਪਤਾ ਕਿ ਦੁਬਾਰਾ ਤੋਂ ਪ੍ਰਮੋਟ ਹੋਣਾ ਸ਼ੁਰੂ ਹੋ ਗਿਆ, ਥਾਂ ਥਾਂ ਤੇ ਬੋਰਡ ਲੱਗੇ ਹੋਏ ਨੇ ਵਿਦਆਊਟ IELTS UK, ਪਰ ਕਿਤੇ ਨਾ ਕਿਤੇ ਕੁਝ ਗੱਲਾਂ ਜਿਹੜੀਆਂ ਨੇ ਨਾ ਉਹ ਹਿੱਡਨ ਰੱਖੀਆਂ ਜਾਂਦੀਆਂ ਨੇ, ਸੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਟਾਈਮ UK ਬਾਰੇ? ਮੈਂ ਜੀ ਪਹਿਲੇ ਤਾਂ ਆਪਦੇ ਦਰਸ਼ਕਾਂ ਦਾ ਔਰ ਇਸ ਚੈਨਲ ਦਾ ਥੈਂਕ ਯੂ ਕਰਦਾ ਹੈਗਾ ਜਿਨ੍ਹਾਂ ਨੇ ਮੈਨੂੰ ਆ ਸੱਦਾ ਦਿੱਤਾ ਹੈਗਾ, ਔਰ ਜਰਨੀ ਜਿਹੜੀ ਹੈਗੀ ਹੈ 10 ਸਾਲ ਪਹਿਲੇ ਸਟਾਰਟ ਹੋਈ ਸੀ, ਕੋਈ 4000+ ਵੀਜ਼ਾ ਅਸੀਂ ਡਿਲੀਵਰ ਕੀਤਾ ਹੈਗਾ, ਔਰ ਸਭ ਤੋਂ ਮੇਨ ਚੀਜ਼ ਜਿਹੜੀ ਰਹੀ ਹੈ ਸਾਡੀ ਜਿਹੜੀ ਟੈਗਲਾਈਨ ਹੈ ਕੰਪਨੀ ਦੀ ਉਹ ਸਹੀ ਅਤੇ ਸੱਚੀ ਸਲਾਹ ਹੈ। ਸਾਡਾ ਫੇਸਬੁੱਕ ਵੀ ਚੱਲ ਰਿਹਾ ਹੋਏਗਾ ID, ਔਰ ਯੂਟਿਊਬ ਦਾ ਵੀ ਜਿਹੜਾ ਚੈਨਲ ਦਾ ਥੱਲੇ ਸਟ੍ਰਿਪ ਦੇ ਵਿੱਚ ਆ ਰਿਹਾ ਹੋਏਗਾ, ਉਹਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ, ਟਾਈਮਲੀ ਅਸੀਂ ਤੁਹਾਨੂੰ ਕੁਛ ਨਾ ਕੁਛ ਅਪਡੇਟ ਦਿੰਦੇ ਰਹਾਂਗੇ। ਹੁਣ ਆ ਗਈ ਗੱਲ ਰਮਨ ਜੀ, ਮੈਂ ਇੱਕ ਗੱਲ ਦੱਸਦਾ ਹੈਗਾ, UK ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਨਾ ਇੱਕ ਹੋੜ ਹੈਗੀ ਹੈ, ਔਰ ਬੜਾ ਅਫਸੋਸ ਦੀ ਗੱਲ ਕਹਾਂਗਾ ਜਿਹੜੇ ਸਾਡੇ ਦਰਸ਼ਕ ਨੇ ਜਾਂ ਪੰਜਾਬ ਦੇ ਜਾਂ ਜਿੱਥੋਂ ਵੀ ਜਿਹੜੇ ਵੀ ਬਾਹਰ ਜਾਣਾ ਚਾਹੁੰਦੇ ਨੇ, ਉਹ ਉਂਝ ਤਾਂ ਕੋਈ ਚੀਜ਼ ਲੈਣੀ ਕਰਨੀ ਹੋਵੇ ਤਾਂ ਕਿੰਨਾ ਹੀ ਛਾਣਬੀਣ ਕਰਨਗੇ, ਔਰ ਜਦੋਂ ਕੰਸਲਟੈਂਟ ਚੂਜ਼ ਕਰਨਾ ਹੋਵੇ ਜ਼ਿਆਦਾ ਛਾਣਬੀਣ ਨਹੀਂ ਕਰਦੇ, ਸਿਰਫ ਐਡਵਰਟਾਈਜ਼ਮੈਂਟ ਬੇਸ 'ਤੇ ਵੱਡੇ ਦਫ਼ਤਰਾਂ ਦੇ ਬੇਸ ਦੇ ਉੱਪਰ ਜਾ ਕੇ ਅਪਲਾਈ ਕਰ ਦਿੰਦੇ ਨੇ। ਸਾਰੀਆਂ ਚੀਜ਼ਾਂ ਨੈੱਟ 'ਤੇ ਪਈਆਂ ਨੇ, ਤੁਹਾਡੇ ਸਮਾਰਟਫੋਨ ਦੇ ਵਿੱਚ ਸਾਰੇ ਆਨਸਰ ਹੈ, ਥੋੜ੍ਹਾ ਜਿਹਾ ਆਪਦੇ ਪ੍ਰਤੀ ਹੋਮਵਰਕ ਕਰਿਆ ਕਰੋ, ਚਾਹੇ ਟੂਰਿਸਟ ਵੀਜ਼ਾ ਲੈਣਾ, PR ਲੈਣੀ ਹੈ, ਸਟੱਡੀ ਵੀਜ਼ਾ ਲੈਣਾ। ਆ ਗਈ ਗੱਲ UK ਦੀ, UK ਦੇ ਵਿੱਚ ਇੱਕ ਬੜੀ ਵੱਡੀ ਕਨਫਿਊਜ਼ਨ ਹੈ, ਮੈਂ ਦੂਰ ਕਰ ਦਿੰਦਾ ਹੈਗਾ। UK ਦੇ ਵਿੱਚ ਇੱਕ ਤਾਂ ਪਹਿਲੇ ਮੈਂ ਦੱਸ ਦਿੰਦਾ, ਜਿਹੜੇ ਤੁਹਾਨੂੰ ਕਹਿਣਗੇ ਨਾ ਬਈ ਪੇ ਆਫਟਰ ਵੀਜ਼ਾ, ਉਹ ਬਿਲਕੁਲ ਨਾ ਕਰਿਆ ਜੇ, ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਿਆ ਜੇ। ਐਲੀਜੀਬਿਲਟੀ ਕੀ ਹੈ? ਓਨਲੀ ਯੂਨੀਵਰਸਿਟੀ ਕੈਟੇਗਰੀ ਦੇ ਵਿੱਚ ਅਪਲਾਈ ਕਰਿਆ ਜੇ। ਕਿਉਂ ਕਰਿਆ ਜੇ? ਯੂਨੀਵਰਸਿਟੀ ਜਿਹੜੀ ਕੈਟੇਗਰੀ ਬੱਚਾ ਜਿਹੜਾ ਅਪਲਾਈ ਕਰਦਾ, ਜਿਹੜਾ 12th ਪਾਸ ਹੈ, 60% ਮਾਰਕਸ ਨੇ, 5 ਬੈਂਡ ਹੈ, 5.5 ਬੈਂਡ ਹੈ, ਆਸਟ੍ਰੇਲੀਆ ਜਾਂ ਕੈਨੇਡਾ ਤੋਂ ਰਿਜੈਕਸ਼ਨ ਹੈਗੀ ਹੈ, ਉਹ UK ਸਟੱਡੀ ਵੀਜ਼ਾ ਅਪਲਾਈ ਕਰ ਸਕਦਾ, ਸਪਾਊਸ ਵੀ ਜਾ ਸਕਦਾ। ਬਟ ਮੈਂ ਪਹਿਲੇ ਥੋੜ੍ਹਾ ਜਿਹਾ ਕਲੈਰਿਟੀ ਇਸ ਚੀਜ਼ 'ਤੇ ਦੇਵਾਂਗਾ ਬਈ, ਜੇ ਤੁਸੀਂ UK ਜਾਣਾ ਹੈਗਾ ਤਾਂ ਉਹਦੇ ਵਾਸਤੇ ਸਿੰਪਲ 2-3 ਚੀਜ਼ਾਂ ਨੇ ਜੀ। ਇੱਕ ਤਾਂ ਯੂਨੀਵਰਸਿਟੀ ਦੇ ਵਿੱਚ ਹੀ ਐਡਮਿਸ਼ਨ ਲੈਣਾ, ਬਿਕੋਜ਼ ਉਹੀ ਤੁਹਾਨੂੰ ਪੋਸਟ ਸਟੱਡੀ ਵਰਕ ਦੇ ਰਾਈਟਸ ਦਿੰਦੀ ਹੈਗੀ ਹੈ ਯੂਨੀਵਰਸਿਟੀ। ਜਿਹੜੇ ਆਮ ਕਾਲਜ ਹੈ ਉਹਦੇ ਵਿੱਚ ਪੋਸਟ ਸਟੱਡੀ ਵਰਕ ਨਹੀਂ ਹੈਗਾ, ਇਹ ਧਿਆਨ ਰੱਖਿਆ ਜੇ। ਇਲੀਗਲ ਵਰਕ ਕਰੋਗੇ, ਫੜੇ ਜਾਓਗੇ, ਡਿਪੋਰਟ ਹੋ ਜਾਓਗੇ, ਇਹ ਗੱਲ ਪੱਕੀ ਹੈ, ਔਰ ਇਹ ਸਭ ਜਗ ਜ਼ਾਹਿਰ ਗੱਲ ਹੈ। ਤੁਸੀਂ ਗੌਰਮੈਂਟ ਦੀ ਵੈਬਸਾਈਟ 'ਤੇ ਵੀ ਚੈੱਕ ਕਰ ਸਕਦੇ ਹੋ, ਸਾਡੇ ਤੋਂ ਵੈਬ ID ਲੈ ਸਕਦੇ ਹੈਗੇ ਹੋ। UK ਗੌਰਮੈਂਟ ਦੀ ਗੱਲ ਕਰ ਰਹੇ ਹਾਂ, UK ਜਾਣਾ ਹੈਗਾ ਜੇ ਗ੍ਰੈਜੂਏਸ਼ਨ ਕੀਤੀ ਹੈ, ਪੋਸਟ ਗ੍ਰੈਜੂਏਸ਼ਨ ਕਰਨ ਜਾਣਾ, ਅਤੇ ਜੇ ਤੁਹਾਡੇ 5.5 ਜਾਂ 6 ਬੈਂਡ ਹੈ ਤਾਂ ਬਹੁਤ ਵਧੀਆ ਗੱਲ ਹੈ। ਜੇ ਨਹੀਂ ਵੀ ਹੈਗੇ ਤੁਸੀਂ ਆਪਣੇ ਸਪਾਊਸ ਨਾਲ ਵੀ ਅਪਲਾਈ ਕਰ ਸਕਦੇ ਹੈਗੇ ਹੋ। ਸਿਰਫ 2 ਚੀਜ਼ਾਂ ਹੈਗੀਆਂ, ਇੱਕ ਤਾਂ ਤੁਹਾਡਾ ਕੈਸ਼ ਲੈਟਰ ਜਿਹੜਾ 30 ਪੁਆਇੰਟ ਦਾ ਹੈਗਾ, ਔਰ ਉਸ ਤੋਂ ਬਾਅਦ ਤੁਹਾਡੇ ਫੰਡਸ ਜਿਹੜੇ 10 ਪੁਆਇੰਟ ਹੈਗੇ ਆ। ਫੰਡਸ 28 ਦਿਨ ਪੁਰਾਣੇ ਘੱਟ ਤੋਂ ਘੱਟ ਕਰਨੇ ਹੈਗੇ ਆ, ਫੰਡਸ ਦਾ ਜੁਗਾੜ ਬਿਲਕੁਲ ਨਾ ਕਰਿਆ ਜੇ। 320 ਲੱਗ ਜਾਣੀ ਹੈ, ਬੇਸਿਕਲੀ 10 ਸਾਲ ਦਾ ਬੈਨ ਲੱਗ ਜਾਣਾ। ਜੇ ਸਾਡੇ ਤੋਂ ਸਾਫ਼ ਸੁਥਰੀ ਸਹੀ ਅਤੇ ਸੱਚੀ ਸਲਾਹ ਲੈਣੀ ਹੈ, ਮੈਨੂੰ ਜਾਂ ਮੇਰੀ ਟੀਮ ਨੂੰ ਚੰਡੀਗੜ੍ਹ ਮਿਲ ਸਕਦੇ ਹੈਗੇ ਹੋ। ਅਸੀਂ ਜਦੋਂ ਇਹ ਜਰਨੀ ਸਟਾਰਟ ਕੀਤੀ ਸੀ 2009 ਦੇ ਵਿੱਚ, ਉਦੋਂ ਵੀ ਅਸੀਂ UK ਹੀ ਸਟਾਰਟ ਕੀਤਾ ਸੀ, ਕੋਈ ਜ਼ਿਆਦਾ ਨਹੀਂ, ਤਾਂ 250-300 ਵੀਜ਼ਾ ਅਸੀਂ ਡਿਲੀਵਰ ਕੀਤਾ ਸੀਗਾ ਇਹ 6 ਮਹੀਨਿਆਂ ਦੇ ਵਿੱਚ ਜਿਹੜਾ ਚੱਲਿਆ ਸੀਗਾ। UK ਸਟੱਡੀ ਵੀਜ਼ਾ ਵਾਸਤੇ ਇਕੱਲੇ ਜਾਣਾ ਜਾਂ ਵਿਦ ਸਪਾਊਸ ਜਾਣਾ, ਓਰਿਜਨੈਲਿਟੀ ਕੀ ਹੈ, ਸਾਡੀ ਕਾਉਂਸਲਿੰਗ
सही तो सच्ची सलाह बिल्कुल फ्री हैगी है। जे तुसी ऐं लगा लो आपका समा भी बचा चाहते हो या पैसा भी बचा चाहते हो और एक जेन्युइन सलाह लेना चाहते हो तो साढ़े तो चंडीगढ़ के 17D चंडीगढ़ के ऑफिस है। ट्रस्ट करके ओरिजिनल डॉक्यूमेंट्स के नाल और आपके पेरेंट्स के नाल आने तो यूके का असी तुहानू स्पष्ट सारी गल दस देनी है। सही तो सच्ची सलाह का मतलब इको हैगा साफ सुथरी गल दसनी और उन्दे विच तुहानू ए भी समझाना भी ए कंट्री नहीं तो ए कंट्री कर लो या ए कंट्री करना है तो इस ते ज़्यादा मेहनत करो यानी जो भी तुहाडियां कमियां पेशियां रहिंदियां असीं तुहानू ओही दसना हैगा। PR विच भी डील करदा हैगा और टूरिस्ट वीज़ा विच भी डील करदा हैगा। बिल्कुल जी। सो यूके नू लैके जड़ी इनफॉर्मेशन आई होप तुहानू मिल गई होएगी पर सर जिवें कि तुसी जाने जाने हो सही ते सच्ची सलाह दी इसे करके तुहाडे कोलों एक सलाह होर लेना चाहूंगी स्टूडेंट जेड़ा जो तो दोबारा यूके प्रमोट होने लगा इंटरेस्टेड है नो डाउट जाना चाहुंदा है पर डर कितने ना कितने इक्को ही है क्योंकि 2009-10-12 दे विच वीजे बड़े दिते सी यूके ने पर गल की होया कि पक्के नहीं किया गया स्टूडेंट नू वापस उन्होंने उदा ही आना पाया बहुत बुरी हालत हुई सी। सो डर यही हैगा कि हुण भी यूके ने बड़िया ऑप्शन दे रहा पर कितने फिर उदा ही ना होवे असी पक्के ना होईए उत्थे। इहदे विच जी मैं गल दस देना हैगा बहुत वैलिड क्वेश्चन है और इहदे विच मैं गल दसदा हैगा पहले तो वो जिहड़ा रमन जी 2009-10 दे विच जिहड़ा सिनेरियो रहा ना वो तो सीगा कोई भी पढ़िया लिखिया घट है वध है दसवीं बारहवीं है चला जाता सीगा। एट प्रेजेंट जिहड़ा यूनिवर्सिटी कैटेगरी दे विच पोस्ट स्टडी वर्क क्यों दिता गया बई एक जेन्युइन स्टूडेंट आवे उनकी इंग्लिश अच्छी होनी चाहिए है बई वो लैक्चर समझ सके या उन्हें पोस्ट स्टडी वर्क यानी जिहड़ा पार्ट टाइम जॉब करनी है उनके विच उनकी इंग्लिश आपसरी कम्युनिकेशन उनका अच्छा होवे इस करके कुछ यूनिवर्सिटियां इंटरव्यू भी लैंदियां फिर कैस लैटर इशू करदियां ने। हुण आ गई गल पक्के होण दी हजे तक जिहड़े अपना गौरमेंट ने दस्या पक्के होंगे एवें का कुछ नहीं है बट सानू सुनन च आ रहा हैगा ए लगा लो भी 2020 दे विच ए अनाउंस हो सकता है भी जिहड़े स्टूडेंट्स यानी पार्ट टाइम भी जॉब कर रहे ने स्टडी भी कर रहे ने ग्रैजुएशन कर रहे ने या पोस्ट ग्रैजुएशन कर रहे ने और उस तो बाद उन्हां नू वर्क परमिट भी मिल रहा हैगा शायद गौरमेंट हजे असी ए नहीं आपदे वनू कुछ कह दिए हजे गौरमेंट दी वैबसाइट ते नहीं आया बट आने वाले टाइम च जिहड़ा सानू सुनन च आ रहा हैगा भी शायद PR दी कैटेगरी कुछ कैटेगरीज ओपन होणगियां बट वो 2020 दी गल हैगी है। ये तो असी तां भी ऑप्शन दे रहे हैगे आ जिहड़े बच्चे आस्ट्रेलिया या कनेडा नहीं जा सके बैंड घट सीगे या ए लगा लो भी तुसी फीस ज़्यादा नहीं पे कर सकते सीगे हाँ यूनिवर्सिटी दी जिहड़ी फीस होएगी ध्यान रखिया जे कोई भी कंसल्टेंट कहिंदा ना मैं तुहानू 3-4 लाख रुपए च यूके भेज देना बच के रहा जे वो पार्ट जिहड़ी फीस भेजते हैं ना कोई 2000 पाउंड भेजता है 2500 पाउंड भेजता है उनके वीज़ा नहीं मिल रहे क्योंकि जेन्युइन स्टूडेंट सीरीयस स्टूडेंट नहीं गिणिया जाता उन्होंने। ये मैं तुहानू स्पष्ट दस रहा हैगा काफ़ी मैं पंजाब दे विच बोर्ड लगे देखता हैगा या काफ़ी एडवरटाइजमेंट और कई बार मैनू हासा भी आ रहा हुंदा बट तुसी की करदे हैगे हो तुहाडा घट बजट होण करके बैंड ना होण करके तुसी अप्लाई तां कर लैंदे हो कितने फंड के नाम तो थोड़े तो पैसे ले जाते हैं कितने सर्विस चार्ज के नाम तो पैसे ले जाते हैं और कहा जाता है जी बई ये हो जाएगा 99% हो जाएगा ये नहीं पता 1% भी 100% रिजैक्ट होने के चांस रेंदे है। इस करके जो सही तो सच्ची सलाह लेनी है किसी भी कंट्री बारे तो एक बार सानू आके जरूर मिलो। बिल्कुल जी। सो टाइम जरूर असीं हमेशा कहने कि पूरा पूरा दिन अज असी देखिए यंग जनरेशन जी छोटे छोटे बच्चे ने पूरा पूरा दिन फोनस से लगे रहते हैं गेम्स जो वट्सएप फेसबुक इंस्टा पर थोड़ा जहा टाइम जरा अपने फ्यूचर के लिए कड़ लिया करो एक तो प्रॉपर नॉलेज अज इंटरनेट पर अवेलेबल है सही कंसल्टेंट को लैके भी प्रॉपर नॉलेज मिल जाएगी नाल दी नाल कंट्री नू लैके भी प्रॉपर जिहड़ी है इनफॉर्मेशन तुहानू ओह नैट तो मिल सकती हैगी है जरूर सर्च करिया करो जी। अच्छा सर यूके नू लैके हुण जिवें तुसी दस्से 2020 दे विच शायद अनाउंसमेंट आ सकदी है शायद होएगा सो जिहड़े बच्चे हुण जा रहे ने हो सकदा है कि उहनां लई ऑप्शन खुल जाए बाई चांस ना खुली फिर उहनां नू वापस आना पएगा जां माइग्रेट दी कोई ना कोई ऑप्शन क्योंकि बच्चा जिहड़ा जा रहा लख रुपए खर्च के उह वापस तां इंडिया आना नहीं चाहिए। मैं जी एक गल दसदा हैगा रमन जी मैं एक बड़ा कईयों नूं बुरा भी लगेगा क्योंकि मैं थोड़ा स्पष्ट बोलने वास्ते जाणिया जाना जिहड़े बच्चे यूके या आस्ट्रेलिया जा रहे ने ना जे बैंड चंगे है 6-6.5 बैंड है तो आस्ट्रेलिया भी अप्लाई हो सकता वीज़ा आ रहे ने एवें दे कोई टफनैस नहीं हैगी साढ़े कुछ वीज़ा है साढ़े सोशल मीडिया से असी पाए हैगे वैसे सानू पाउण दी लोड़ नहीं आउंदी बट अज ट्रेंड जिहड़ा चल पिया हैगा ना तो सानू भी वह चीज़ां फॉलो करनियां पै रहियां हैगियां। जिहड़े बच्चे यूके गए ने साढ़े थ्रू एट प्रेजेंट या आस्ट्रेलिया गए ने वह कैनेडा दे बच्चियां नालों अर्निंग भी अच्छियां कर रहे ने और ए लगा लो भी सेविंग भी हो रही है उन्हां दी और मैं यही मैं कोई कैनेडा नू माड़ा कहांगा मैं एक उंज कह रहा यूके दे विच जिहड़ियां अर्निंग्स ने
ਉਹ ਕਾਫੀ ਜ਼ਿਆਦਾ ਹੈ ਬੱਚਿਆਂ ਦੀਆਂ, ਹਜੇ ਰਸ਼ ਨਹੀਂ ਹੋਇਆ ਹੈਗਾ। ਔਰ ਆ ਗਈ ਗੱਲ ਜਿਹੜੀ ਮਾਈਗ੍ਰੇਟ ਦੀ, ਚਾਹੇ ਤੁਸੀਂ ਗ੍ਰੈਜੂਏਸ਼ਨ ਕਰਨ ਜਾ ਰਹੇ ਹੋ ਚਾਹੇ ਪੋਸਟ ਗ੍ਰੈਜੂਏਸ਼ਨ ਕਰਨ ਜਾ ਰਹੇ ਹੋ, ਉਸ ਤੋਂ ਬਾਅਦ 18 ਮਹੀਨਿਆਂ ਦਾ ਪੋਸਟ ਸਟੱਡੀ ਵਰਕ ਹੈਗਾ। ਬਟ ਦੋ ਤਿੰਨ ਚੀਜ਼ਾਂ ਰਹਿੰਦੀਆਂ ਹੈਗੀਆਂ, ਤੁਸੀਂ ਯੂਨੀਵਰਸਿਟੀ ਕਿਹੜੀ ਲਈ ਹੈ, ਕੋਰਸ ਕਿਹੜਾ ਲਿਆ ਹੈਗਾ, ਔਰ ਉਸ ਤੋਂ ਬਾਅਦ ਜੇ ਤੁਸੀਂ ਮਾਈਗ੍ਰੇਟ ਵੀ ਕਰਨਾ, ਤੁਸੀਂ ਇੱਕ ਜੈਨੂਅਨ ਪ੍ਰੋਫਾਈਲ ਬਣ ਗਏ ਹੋ ਯੂਕੇ ਦੇ ਵਿੱਚ, ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ, 100% ਤੁਸੀਂ ਆਸਟ੍ਰੇਲੀਆ ਜਾਂ ਕੈਨੇਡਾ ਤੁਸੀਂ ਅੱਗੇ ਅਪਲਾਈ ਕਰ ਸਕਦੇ ਹੋ ਫਰਦਰ ਸਟੱਡੀ ਵਾਸਤੇ। ਬਟ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ 3 ਸਾਲ ਬਾਅਦ ਦੀਆਂ ਨੇ, ਪਹਿਲੇ ਦੀਆਂ ਨਹੀਂ ਹੈਗੀਆਂ। ਬਟ ਮੈਂ ਇੱਕ ਗੱਲ ਜ਼ਰੂਰ ਦੱਸਾਂਗਾ, ਜਿਹੜੇ ਬੱਚਿਆਂ ਦੀ ਪਰਸੈਂਟੇਜ 60 ਹੈ, ਬੈਂਡ ਨਹੀਂ ਹੈਗੇ, ਘੱਟ ਬੈਂਡ ਹੈ, ਰਿਜੈਕਸ਼ਨ ਹੈ ਜਾਂ ਵਿਦਾਊਟ ਆਈਲੈਟਸ ਨੇ, ਉਹ ਯੂਕੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਨੇ। ਬਟ ਯੂਨੀਵਰਸਿਟੀ ਦੀ ਜਿਹੜੀ ਫੀਸ ਹੈ ਉਹ 9-10 ਲੱਖ ਰੁਪਈਆ ਹੁੰਦੀ ਹੈਗੀ ਹੈ। ਜੇ ਤੁਸੀਂ ਯੂਨੀਵਰਸਿਟੀ ਕੈਟੇਗਰੀ 'ਚ ਅਪਲਾਈ ਕਰੋਗੇ ਤਾਂ ਹੀ ਵੀਜ਼ਾ ਆਉਣਾ। ਜੇ ਤੁਹਾਨੂੰ ਕੋਈ ਬੇਵਕੂਫ ਬਣਾ ਰਿਹਾ ਵੀ 2.5-3 ਲੱਖ ਰੁਪਇਆ ਦੇ ਦਿਉ, 4 ਲੱਖ ਦੇ ਦਿਉ ਔਰ ਵੀਜ਼ਾ ਕਰਾ ਦਿੰਦਾ, ਬਿਲਕੁਲ ਨਾ ਕਰਿਆ ਜੇ, ਵੀਜ਼ਾ ਰਿਜੈਕਟ ਹੋਣਾ ਤੁਹਾਡੇ ਤੋਂ। ਉਹਨਾਂ ਨੇ ਫੰਡ ਦੇ ਨਾਮ ਤੋਂ, ਸਰਵਿਸ ਚਾਰਜ ਦੇ ਨਾਮ ਤੋਂ 1 ਲੱਖ ਰੁਪਇਆ 1.5 ਲੱਖ ਰੁਪਇਆ ਲੈ ਲੈਣਾ, ਜਿਹੜਾ ਕੱਲ੍ਹ ਨੂੰ ਉਹਨਾਂ ਨੂੰ ਪਤਾ ਹੋਏਗਾ ਵੀ ਵੀਜ਼ਾ ਨਹੀਂ ਲੱਗਣਾ। ਇਸ ਕਰਕੇ ਐਵੇਂ ਦੇ ਚੱਕਰਾਂ 'ਚ ਨਾ ਪੈਣਾ, ਸਹੀ ਅਤੇ ਸੱਚੀ ਸਲਾਹ ਲੈਣੀ ਹੈ, ਚਾਹੇ ਯੂਕੇ ਹੈ, ਚਾਹੇ ਆਸਟ੍ਰੇਲੀਆ, ਚਾਹੇ ਕੈਨੇਡਾ, ਚਾਹੇ PR ਹੈ, ਚਾਹੇ ਟੂਰਿਸਟ ਵੀਜ਼ਾ। ਇੱਕ ਵਾਰ ਆਪਦੇ ਪੇਰੈਂਟਸ ਨਾਲ ਓਰੀਜਨਲ ਡਾਕੂਮੈਂਟ ਲੈ ਕੇ ਜ਼ਰੂਰ ਆਇਆ ਜੇ, ਮੈਂ ਗਰੰਟੀ ਦਿੰਦਾ ਤੁਹਾਨੂੰ ਕਾਉਂਸਲਿੰਗ ਦਾ ਵੀ ਫਰਕ ਕਾਫੀ ਨਜ਼ਰ ਆਊਗਾ। ਬਿਲਕੁਲ ਜੀ, ਸੋ ਯੂਕੇ ਨੂੰ ਲੈ ਕੇ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹੈਗੀ। ਕਿਤੇ ਨਾ ਕਿਤੇ ਜਿਹੜੇ ਸਟੂਡੈਂਟਸ ਨੇ, ਤੁਹਾਡਾ ਵੀ ਮਕਸਦ ਸਿਰਫ ਇਹ ਨਹੀਂ ਹੋਣਾ ਚਾਹੀਦਾ ਅਸੀਂ ਯੂਕੇ ਕੈਨੇਡਾ ਪਹੁੰਚਣਾ, ਤੁਹਾਡਾ ਮਕਸਦ ਹੋਣਾ ਚਾਹੀਦਾ ਅਸੀਂ ਆਪਣਾ ਜਿਹੜਾ ਪੂਰਾ ਫਿਊਚਰ ਹੈ ਉਹ ਸੈਟਲ ਕਰਨਾ ਹੈਗਾ। ਸੋ ਯੂਕੇ ਦੇ ਵਿੱਚ ਜਾ ਕੇ ਕਿੱਦਾਂ ਤੁਸੀਂ ਰਹਿੰਦੇ ਹੋ ਉਹਨਾਂ ਚੀਜ਼ਾਂ 'ਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ। ਪਹਿਲੇ ਟਾਈਮ ਦੇ ਵਿੱਚ ਜਿਵੇਂ ਮੈਂ 2009-10 ਦੀ ਗੱਲ ਕੀਤੀ ਸੀ, ਸੋ ਬਹੁਤ ਸਾਰੇ ਇੱਦਾਂ ਦੇ ਕਾਲਜ ਸੀਗੇ, ਛੋਟੇ ਛੋਟੇ ਕਾਲਜ ਹੈ ਨਾ, ਬੰਦ ਹੋ ਗਏ ਸੀ। ਸੋ ਐਵੇਂ ਦਾ ਹੁਣ ਪ੍ਰੋਪਰ ਯੂਨੀਵਰਸਿਟੀ, ਗਵਰਨਮੈਂਟ ਯੂਨੀਵਰਸਿਟੀਜ਼। ਬਟ ਮੈਂ ਇੱਕ ਰਮਨ ਜੀ ਗੱਲ ਦੱਸਦਾ ਹੈਗਾ, ਅਫਸੋਸ ਦੀ ਗੱਲ ਵੀ ਹੈ ਬਈ, ਦੁਨੀਆ ਹਜੇ ਹਟੇਗੀ ਨਹੀਂ, ਹਜੇ ਵੀ ਆਪਦੀ ਚੋਰੀ ਠੱਗੀ ਉਹਨਾਂ ਨੇ ਕਰਵਾਉਣੀ ਹੈਗੀ ਹੈ। ਕਿਉਂਕਿ ਅਸੀਂ ਨਾ ਜਦੋਂ ਸਾਨੂੰ ਕੋਈ ਕਿਸੇ ਚੀਜ਼ ਦੀ ਮਨਾ ਕਰਦਾ ਹੈ ਨਾ, ਚੰਗਾ ਕੰਮ ਕਰਨ ਵਾਲੇ ਬਹੁਤ ਘੱਟ ਨੇ, ਬਿਲਕੁਲ ਮਾੜਾ ਕੰਮ ਕਰਨ ਵਾਲੇ ਜ਼ਿਆਦਾ ਨੇ। ਉਹ ਇਹ ਕਹਿੰਦੇ ਹੈਗੇ ਆ ਵੀ ਇਹਨਾਂ ਨੂੰ ਕੀ ਪਤਾ, ਉਹਨਾਂ ਨੇ 4 ਵੀਜ਼ੇ ਟੰਗੇ ਹੁੰਦੇ ਆ, ਅਲਟਰ ਕੀਤੇ ਹੁੰਦੇ ਆ, ਔਰ ਉਹੀ ਵਿਖਾਈ ਜਾਂਦੇ ਆ, ਔਰ ਕੋਈ ਨਾ ਕੋਈ ਉਹਨਾਂ ਦੇ ਸਰਕਲ 'ਚੋਂ ਕੋਈ ਨਾ ਕੋਈ ਪੁਰਾਣਾ ਭੇਜਿਆ ਆਉਂਦਾ, ਉਹ ਜਿਹੜਾ ਨਵਾਂ ਆਉਂਦਾ ਉਹਨੂੰ ਇਹ ਲੈਂਦਾ ਬਈ ਯਾਰ ਇਹ ਭੇਜ ਸਕਦੇ ਹੈਗੇ, ਇਹ ਨਹੀਂ ਪਤਾ ਵੀ ਤੇਰੀ ਪ੍ਰੋਫਾਈਲ ਉਹ ਨਹੀਂ ਹੈ ਔਰ ਜ਼ਮਾਨਾ ਵੀ ਬਦਲ ਗਿਆ। ਔਰ ਹਰ ਚੀਜ਼ ਜਿਹੜੀ ਗੌਰਮੈਂਟ ਨੇ, ਕਿਸੇ ਵੀ ਕੰਟਰੀ ਦੀ ਗੌਰਮੈਂਟ ਹੈ ਜਿਹੜੀ ਸਟੱਡੀ ਵੀਜ਼ਾ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਡੇ ਬਾਈ ਡੇ ਚੇਂਜਿਸ ਰਹਿੰਦੀਆਂ ਨੇ। ਬੱਚੇ ਕਲਾਸਿਸ ਅਟੈਂਡ, ਹੁਣ ਆਸਟ੍ਰੇਲੀਆ ਦਾ ਹਾਲ ਕਿਉਂ ਹੈ ਜੇ ਤੁਸੀਂ ਆ ਕੇ ਸੁਣੋ ਤਾਂ ਤੁਹਾਨੂੰ ਹੈਰਾਨਗੀ ਹੋਏਗੀ ਵੀ ਸਾਡੇ ਪੰਜਾਬ ਨੂੰ ਬੜਾ ਫਰੋਡ ਡਾਕੂਮੈਂਟਸ ਦੇ ਨਾਮ ਤੋਂ ਜਾਣਿਆ ਜਾਂਦਾ ਹੈਗਾ। ਇਹ ਚੀਜ਼ਾਂ ਕੀਤੀਆਂ ਕਿੰਨਾ ਨੇ ਜਿਹੜੇ ਤੁਹਾਡੇ ਆਲੇ ਦੁਆਲੇ ਪੰਜਾਬ 'ਚ ਬੈਠੇ ਨੇ, ਇਹ ਚੀਜ਼ਾਂ ਹੁਣ ਜੇ ਨਹੀਂ ਤੁਸੀਂ ਚਾਹੁੰਦੇ, ਤੁਸੀਂ ਇੱਕ ਹੋਰ ਹੈ, ਤੁਸੀਂ ਨਾ ਸਾਡੇ ਕੋਲੋਂ ਜਾਂ ਹਰੇਕ ਕੋਲ ਆ ਕੇ ਕਹਿੰਦੇ ਹੋ ਜੀ ਕੋਈ ਜੁਗਾੜ ਕਰ ਦਿਉ, ਕੋਈ ਕੁੜੀ ਲੱਭ ਦਿਉ, ਐਵੇਂ ਦੀ ਚੀਜ਼ਾਂ ਸਾਡੇ ਤੋਂ ਨਾ ਪੁੱਛਿਆ ਕਰੋ, ਨਾ ਸਾਡੇ ਕੋਲ ਆਇਆ ਕਰੋ, ਨਾ ਐਵੇਂ ਦਾ ਕੰਮ ਹੁੰਦਾ ਹੈਗਾ। ਸਿਰਫ ਸਾਡੇ ਕੋਲੋਂ ਜਿਹੜੇ ਚੰਗੇ ਬੱਚੇ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹੈ ਔਰ ਕਿਤੇ ਮਾੜੇ ਹੱਥਾਂ 'ਚ ਨਹੀਂ ਜਾਣਾ ਚਾਹੁੰਦੇ, ਉਹ ਸਾਡੇ ਕੋਲ ਆਪਦੇ ਪੇਰੈਂਟਸ ਦੇ ਨਾਲ ਆਉਣ। ਸ਼ਰਤ ਲਾ ਕੇ ਕਹਿਣਾ ਹੈਗਾ ਵੀ ਜੋ ਵੀ ਚੀਜ਼ ਦੱਸਾਂਗੇ ਸੱਚ ਦੱਸਾਂਗੇ, ਔਰ ਜਿਹੜੀ ਚੀਜ਼ ਐਸ ਪਰ ਅੰਬੈਸੀ ਨੋਮਸ ਹੋਏਗੀ, ਜਿਹਦੇ ਕਰਕੇ ਤੁਸੀਂ ਆਪਦਾ ਮਾਇੰਡ ਸੈੱਟ ਬਣਾ ਕੇ ਜੇ ਉਵੇਂ ਪੜ੍ਹਦੇ ਹੋ ਔਰ ਅੱਗੇ ਉਵੇਂ ਸਟੈਪ ਫੋਲੋ ਕਰਦੇ ਹੋ, ਤੁਹਾਨੂੰ PR ਲੈਣ ਤੋਂ ਵੀ ਰੋਕ ਨਹੀਂ ਸਕਦਾ ਕੋਈ। ਬਿਲਕੁਲ ਜੀ, ਸੋ ਕਿਤੇ ਨਾ ਕਿਤੇ ਜੇਕਰ ਕੰਸਲਟੈਂਟ ਮਾੜੇ ਨੇ ਤਾਂ ਚੰਗੇ ਵੀ ਬਹੁਤ ਨੇ, ਸਹੀ ਵੀ ਬਹੁਤ ਨੇ, ਕਿ ਆਪਸ਼ਨ ਤੁਹਾਡੇ ਕੋਲ ਹੈਗੀ ਆ। ਸੋ ਜਾਇਆ ਕਰੋ ਜੀ, ਤੁਸੀਂ ਇਹ ਨਾ ਹੋਵੇ ਕਿ ਕਿਤੇ ਵੀ ਤੁਹਾਨੂੰ ਜੇ ਕੰਪਨੀ ਨੇ ਦੇਖ ਲਿਆ ਤੁਹਾਡਾ ਪ੍ਰੋਫਾਈਲ ਵੀ ਤੁਸੀਂ ਐਲੀਜੀਬਲ ਨਹੀਂ ਹੈ, ਤੁਹਾਨੂੰ ਮਨਾ ਕਰਤਾ, ਫਿਰ ਉਹਨਾਂ ਨੂੰ ਕੀ ਹੁੰਦਾ, ਕੋਈ ਛੋਟਾ ਮੋਟਾ ਕੰਸਲਟੈਂਟ ਕਹਿ ਦਿੰਦਾ ਮੈਂ ਹੁੰਦਾ ਕੀ ਹੈ ਜੀ। ਮੈਂ ਦੱਸਦਾ ਅੱਜ ਕੱਲ੍ਹ ਨਾ ਐਡ ਜਿਹੜੀ ਇੱਕ ਫੇਸਬੁੱਕ ਹੋ ਗਿਆ, ਇੰਸਟਾ ਹੋ ਗਿਆ, ਯੂਟਿਊਬ, ਹਰੇਕ ਨੂੰ ਚਲਾਉਣਾ ਆਉਂਦਾ, ਔਰ ਜਿਹੜੇ ਫਰੋਡ ਕੰਸਲਟੈਂਟ ਹੈ ਜਾਂ ਫਰੋਡ ਏਜੰਟਸ ਹੈ ਉਹ ਇਹ ਚੀਜ਼ ਨੂੰ ਬੜੀ ਨਬਜ਼ ਜਾਣਦੇ ਨੇ। ਜਾਣਦੇ ਕਿੱਦਾਂ, ਉਹ ਐਡਵਰਟਾਈਜ਼ਮੈਂਟ ਹੀ ਐਵੇਂ ਦੀ ਕਰਦੇ ਨੇ, ਕਈ ਫੇਕ ਵੀਡੀਓ ਪਾ ਦੇਣਗੇ, ਜਾਲੀ ਵੀਜ਼ਾ ਪਾ ਦੇਣਗੇ, ਔਰ ਬੰਦਾ ਕਿਹੜੀ ਗੱਲ ਹੈ, ਉਹਨੂੰ ਕਿੰਨਾ ਆਉਂਦਾ, ਆਹ ਪਰਸੋਂ ਹੀ ਗਿਆ, ਫਲਾਈਟ ਆ ਵੇਖ, ਟਿਕਟ ਵੇਖ, ਸਭ ਪ੍ਰੀ ਪਲੈਨਡ ਰਹਿੰਦਾ, ਔਰ ਵਿਚਾਰਾ ਭੋਲਾ ਬੰਦਾ ਫਸ ਜਾਂਦਾ ਹੈਗਾ। ਇਹ ਨਹੀਂ ਪਤਾ ਜਦੋਂ ਤੁਸੀਂ ਆਈਲੈਟਸ ਕਰ ਰਹੇ ਸੀ ਜਾਂ 12th ਕਰ ਰਹੇ ਸੀ ਜਾਂ ਗ੍ਰੈਜੂਏਸ਼ਨ ਕਰ ਰਹੇ ਸੀ ਕਿੰਨੇ ਸ਼ਾਰਪ ਸੀਗੇ, ਉਸ ਤੋਂ ਬਾਅਦ ਇੱਕ ਆਪਦੇ ਭਵਿੱਖ ਦਾ ਜਿਹੜਾ ਉਹ ਡਿਸੀਜ਼ਨ ਹੈ, ਤੁਸੀਂ ਇੱਕ ਆਮ ਜੇ ਕੰਸਲਟੈਂਟ ਜਿਹੜਾ ਕੋਈ ਏਜੰਟ ਟਾਈਪ ਲਾ ਲਓ, ਤੁਸੀਂ ਆ ਮਾਫ਼ ਕਰਨਾ, ਮੈਂ ਮੇਰਾ ਕਿਸੇ ਕਹਿਣ ਦਾ ਐਵੇਂ ਦਾ ਟਾਰਗੇਟ ਨਹੀਂ ਕਰ ਰਿਹਾ, ਮੈਂ ਸਿਰਫ ਇੰਨਾ ਕਹਿਣਾ ਹੈਗਾ ਵੀ ਜੇ ਆਪਣੀ ਇਹ ਇੰਡਸਟਰੀ ਪਹਿਲੇ ਹੀ ਬਦਨਾਮ ਹੈਗੀ ਹੈ, ਜੇ ਆਪਾਂ ਕੁਛ ਚੰਗਾ ਕਰ ਸਕੀਏ ਸਾਡੇ ਪੰਜਾਬ ਦੀ ਜਨਤਾ ਵਾਸਤੇ, ਹਰਿਆਣੇ ਜਿੱਥੇ ਜਿੱਥੇ ਵੀ ਇਹ ਪ੍ਰੋਗਰਾਮ ਚੱਲ ਰਿਹਾ, ਤਾਂ ਮੈਂ ਕਹਿੰਦਾ ਸਾਡੇ ਵਰਗੇ ਕੁਛ ਹੋਰ ਕੰਸਲਟੈਂਟ ਵੀ ਆਉਣ, ਅਤੇ ਜਿਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਪੇਪਰਾਂ 'ਚ ਪੜ੍ਹਦੇ ਹਾਂ ਜਾਂ ਇਹ ਫਰੋਡ ਹੋ ਗਿਆ, ਇੰਨਾ ਚੀਟ ਹੋ ਗਿਆ, ਜੇ ਤੁਸੀਂ ਥੋੜ੍ਹਾ ਜਿਹਾ ਟਰੱਸਟ ਨਾ ਕੀਤਾ ਹੁੰਦਾ, ਥੋੜ੍ਹਾ ਜਿਹਾ ਬ੍ਰੇਨ ਯੂਜ਼ ਕੀਤਾ ਹੁੰਦਾ, ਅਤੇ ਤੁਹਾਡੇ ਨਾਲ ਇਹ ਫਰੋਡ ਨਹੀਂ ਹੋਣਾ ਸੀਗਾ। ਇਸ ਕਰਕੇ ਤੁਸੀਂ ਯੂਕੇ ਜਾਣਾ,
PR ਲੈਣੀ ਹੈ, ਟੂਰਿਸਟ ਵੀਜ਼ਾ ਲੈਣਾ, ਸਾਰੀਆਂ ਚੀਜ਼ਾਂ ਅਸੀਂ ਕਰਦੇ ਹਾਂ। ਜੇ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੋ, ਇਹ ਸਾਡੀ ਟੀਮ ਤੁਹਾਨੂੰ ਦੱਸ ਸਕਦੀ ਹੈਗੀ ਹੈ। ਆ ਕੇ ਜੇ ਮਿਲਦੇ ਹੋ ਤਾਂ ਸਾਰੀ ਕਲੈਰਿਟੀ ਤੁਹਾਨੂੰ ਮਿਲ ਜਾਏਗੀ। ਅਤੇ ਨੰਬਰ ਜਿਹੜੇ ਨੇ ਲਗਾਤਾਰ ਤੁਹਾਡੀਆਂ ਟੀ ਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖੋ, ਪਹਿਲਾਂ ਕਾਲ ਕਰੋ। ਉਸ ਤੋਂ ਬਾਅਦ ਜਿਹੜਾ ਵੀ ਜਿਵੇਂ ਦੱਸ ਦਿੱਤਾ ਹੈਗਾ ਸਰ ਨੇ, ਕਿਉਂਕਿ ਸਾਰੇ ਤਰ੍ਹਾਂ ਦੇ ਵੀਜ਼ਾ ਦੇ ਨਾਲ ਡੀਲ ਕਰਦਾ ਹੈਗਾ, ਚਾਹੇ ਉਹ ਟੂਰਿਸਟ ਵੀਜ਼ਾ ਹੈਗਾ, ਚਾਹੇ PR ਹੈ, ਚਾਹੇ ਸਟੱਡੀ ਵੀਜ਼ਾ ਹੈਗਾ, ਜਾਂ ਜਿਹੜੀ ਵੀ ਕੰਟਰੀ ਦੇ ਵਿੱਚ UK, ਕੈਨੇਡਾ, ਆਸਟ੍ਰੇਲੀਆ, ਸਾਈਪਰਸ, ਸ਼ੈਨੇਗਨ, ਜਿੱਥੇ ਵੀ ਤੁਸੀਂ ਜਾਣਾ ਹੈਗਾ, ਇੱਕ ਵਾਰ ਆਪਣੇ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜ਼ਰੂਰ ਆਇਆ ਕਰੋ, ਦਿਖਾਓ, ਫਿਰ ਤੁਹਾਡੇ ਡਾਕੂਮੈਂਟਸ ਦੇ ਹਿਸਾਬ ਦੇ ਨਾਲ ਦੱਸ ਦਿੱਤਾ ਜਾਏਗਾ ਤੁਸੀਂ ਐਲੀਜੀਬਲ ਹੈਗੇ ਹੋ ਕਿ ਨਹੀਂ ਹੈਗੇ ਹੋ। ਪ੍ਰੋਪਰ ਕਾਉਂਸਲਿੰਗ ਜਿਹੜੀ ਆ ਉਹ ਜ਼ਰੂਰ ਲਿਆ ਕਰੋ। ਬਾਕੀ ਜੇ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਜੇਕਰ ਬਾਈ ਚਾਂਸ 10-12 ਸਾਲ ਪੁਰਾਣੀ ਕੰਪਨੀ ਤੁਹਾਨੂੰ ਕੁਝ ਕਹਿ ਰਹੀ ਹੈ ਜਾਂ ਮਨਾ ਕਰ ਰਹੀ ਹੈ ਵੀ ਇਸ ਕੰਟਰੀ ਵਾਸਤੇ ਤੁਸੀਂ ਐਲੀਜੀਬਲ ਨਹੀਂ ਹੋ, ਤਾਂ ਕਿਤੇ ਨਾ ਕਿਤੇ ਭਰੋਸਾ ਕਰਿਆ ਕਰੋ। ਇਹ ਨਾ ਹੋਵੇ ਕਿ ਕੋਈ 6 ਮਹੀਨੇ ਤੋਂ ਕੋਈ ਬੈਠਾ ਹੈਗਾ ਤੁਹਾਨੂੰ ਅਟਰੈਕਟ ਕਰ ਰਿਹਾ ਕਿ ਮੈਂ ਤੁਹਾਡਾ ਵੀਜ਼ਾ ਲਗਵਾ ਦਾਂਗਾ, ਤੁਸੀਂ ਉੱਥੇ ਚਲੇ ਜਾਓ। ਇਹ ਸੋਚੋ ਜੇ ਕਿਸੇ 10 ਸਾਲ ਪੁਰਾਣੀ ਕੰਪਨੀ ਨੇ ਕੁਝ ਕਿਹਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਸੱਚਾਈ ਜਿਹੜੀ ਆ ਉਹ ਜ਼ਰੂਰ ਹੋਏਗੀ। ਅੱਛਾ ਸਰ, ਹੁਣ ਥੋੜ੍ਹਾ ਜਿਹਾ ਵੀਕ ਪ੍ਰੋਫਾਈਲ ਸਟੂਡੈਂਟ ਦੀ ਗੱਲ ਕਰਦੇ ਹਾਂ। ਵੀਕ ਪ੍ਰੋਫਾਈਲ ਲਈ ਸਾਈਪ੍ਰਸ ਹਮੇਸ਼ਾ ਹੀ ਬਹੁਤ ਸਾਰੇ ਵੀਜ਼ੇ ਤੁਸੀਂ ਲਗਵਾ ਕੇ ਵੀ ਦਿੱਤੇ ਨੇ, ਅੱਛੀ ਆਪਸ਼ਨ ਦੇ ਆ। ਹਾਂਜੀ ਹਾਂਜੀ। ਸੋ ਇਸ ਟਾਈਮ ਕਿੱਦਾਂ ਕਦੇ ਬੱਚੇ ਜਿਹੜਾ ਆ ਉਹ ਉਹਨਾਂ ਨੂੰ ਸਾਈਪ੍ਰਸ ਜਿਹੜਾ ਉਹ ਵੈਲਕਮ ਕਰ ਰਹੇ? ਮੈਂ ਜੀ ਸਾਈਪ੍ਰਸ ਦੀ ਗੱਲ ਜ਼ਰੂਰ ਕਰਾਂਗਾ। ਮੈਂ ਇਸ ਮੰਚ ਤੋਂ ਵੀ ਕਾਫੀ ਟਾਈਮ ਕਾਫੀ ਵਾਰ ਦੱਸਿਆ ਹੈਗਾ, ਕੋਈ 1000+ ਵੀਜ਼ਾ ਅਸੀਂ ਸਾਈਪ੍ਰਸ ਦਾ ਇਕੱਲੇ ਡਿਲੀਵਰ ਕਰ ਚੁੱਕੇ ਹੈਗੇ ਆ, ਨਾ ਕੋਈ ਪੰਜਾਬ 'ਚ ਐਵੇਂ ਦਾ ਕੰਸਲਟੈਂਟ। ਬਟ ਸਾਡਾ ਕੰਮ ਕੀ ਰਿਹਾ, ਅਸੀਂ ਪੈਕੇਜ ਸਸਤਾ ਕੀਤਾ, ਸਰਵਿਸਿਸ ਬੱਚਿਆਂ ਦੀਆਂ ਜ਼ਿਆਦਾ ਕੀਤੀਆਂ, ਜਿਹਦੇ ਕਰਕੇ ਅਸੀਂ ਇੰਨਾ ਬੱਚਾ ਭੇਜਿਆ। ਹੁਣ ਜਿਹੜਾ ਸਾਡੇ ਕੋਲ ਇਨਟੇਕ ਹੈਗਾ ਉਹ ਜਨਵਰੀ ਦਾ ਇਨਟੇਕ ਹੈ। ਬਟ ਮੈਂ ਇੱਕ ਗੱਲ ਦੱਸ ਦਿੰਦਾ ਹੈਗਾ, ਤੁਸੀਂ ਇਹ ਸੋਚੋਗੇ ਵੀ ਮੈਂ ਪ੍ਰੋਗਰਾਮ ਤਾਂ ਵੇਖ ਰਿਹਾ ਹੈਗਾ ਸਪਤੰਬਰ ਵਿੱਚ, ਔਰ ਮੈਂ ਦਸੰਬਰ ਤੱਕ ਪਿਆ, ਟਾਈਮ ਨਹੀਂ ਪਿਆ, ਕਿਉਂਕਿ ਸੀਟਸ ਇਹਨਾਂ ਦੀਆਂ ਲਿਮਿਟਿਡ ਨੇ। ਟੋਟਲੀ ਕਿਸੇ ਕਾਲਜ 'ਚ 30 ਸੀਟਸ ਨੇ, ਕਿਸੇ 'ਚ 40 ਹੈ, ਕਿਸੇ 60 ਹੈ, ਇਸ ਤੋਂ ਜ਼ਿਆਦਾ ਸੀਟਸ ਨਹੀਂ ਹੈ। ਸਗੋਂ ਹੁੰਦਾ ਕੀ ਪਿਆ, ਮੈਂ ਤੁਹਾਨੂੰ ਓਰਿਜਨੈਲਿਟੀ ਦੱਸ ਰਿਹਾ ਬੱਚਿਓ, ਜਿਹੜੇ ਇਹ ਉਹਨਾਂ ਵਾਸਤੇ ਹੈ ਸਾਈਪ੍ਰਸ ਸਟੱਡੀ ਵੀਜ਼ਾ, 100% ਸਟੱਡੀ ਵੀਜ਼ਾ, ਇਕੱਲੇ ਜਾਣਾ, ਸਪਾਊਸ ਨੇ ਜਾਣਾ। 25-30-40 ਸਾਲ ਦਾ ਵੀ ਜੇ ਬੰਦਾ ਹੈਗਾ, 10ਵੀਂ 12ਵੀਂ ਪਾਸ ਹੈ, ਉਹ 100% ਵੀਜ਼ਾ ਲੈ ਕੇ ਸਾਈਪ੍ਰਸ ਯੂਰੋਪੀਅਨ ਯੂਨੀਅਨ ਦੇ ਵਿੱਚ ਹਫ਼ਤੇ 2 ਦਿਨ ਸਟੱਡੀ ਕਰਕੇ ਅੱਗੇ ਵੱਡੀ ਕੰਟਰੀ ਸਾਲ ਬਾਅਦ ਮੂਵ ਕਰ ਸਕਦਾ ਹੈਗਾ, ਔਰ 35-40 ਹਜ਼ਾਰ ਰੁਪਇਆ ਮਹੀਨਾ ਕਮਾ ਸਕਦਾ 3 ਜਾਂ 4 ਮਹੀਨੇ ਬਾਅਦ, ਜੇ ਉਹ ਗ੍ਰੀਕ ਲੈਂਗੁਏਜ ਸਿੱਖ ਲੈਂਦਾ। ਇਹ ਘੱਟ ਤੋਂ ਘੱਟ ਹੈ ਵੀ ਆਪਣੇ ਪੈਰਾਂ 'ਤੇ ਸਟੈਂਡ ਹੋ ਸਕਦਾ ਹੈਗਾ। ਸਾਈਪ੍ਰਸ ਦੇ ਵਿੱਚ ਜਿਹੜਾ ਐਂ ਲਗਾ ਲਓ ਵੀ ਜੇ ਤੁਸੀਂ ਸਾਡੇ ਤੋਂ ਵੀ ਰਜਿਸਟਰਡ ਹੁੰਦੇ ਹੋ ਤਾਂ ਅਸੀਂ ਨਾਲ ਦੀ ਨਾਲ ਤੁਹਾਡੀ ਫੀਸ ਟ੍ਰਾਂਸਫਰ ਕਰਾ ਦੇਣੀ ਹੈ। ਜੇ ਫੀਸ ਟ੍ਰਾਂਸਫਰ ਹੋ ਗਈ ਤਾਂ ਤੁਹਾਡੀ ਸੀਟ ਰਿਜ਼ਰਵ ਰਹੇਗੀ, ਨਹੀਂ ਤਾਂ ਇਹੀ ਜਿਹੜਾ ਹੈਗਾ ਅਗਲੇ ਇਨਟੇਕ ਦੇ ਵਿੱਚ ਚਲਾ ਜਾਏਗਾ। ਕਹਿਣ ਦਾ ਮਤਲਬ ਹੈ ਤੁਸੀਂ ਜਿਹੜਾ ਸਾਈਪ੍ਰਸ ਨੂੰ ਈਜ਼ੀ ਲੈ ਰਹੇ ਹੋ ਨਾ ਵੀ ਲੈ ਕੋਈ ਗੱਲ ਨਹੀਂ ਹੁਣ ਤਾਂ ਜਣਾ ਖਾਣਾ, ਨਹੀਂ, ਸੀਟਾਂ ਕਨਫਰਮ ਨਹੀਂ ਹੋ ਰਹੀਆਂ। ਕਾਫੀ ਕੰਸਲਟੈਂਟ ਜਿਹੜੇ ਹੈਗੇ ਆ, ਕਾਫੀ ਉਹਨਾਂ ਦੀਆਂ ਸੀਟਾਂ ਉਹਨਾਂ ਤੋਂ ਰਿਜ਼ਰਵ ਨਹੀਂ ਹੋਈਆਂ, ਉਹਨਾਂ ਦੇ ਜਿਹੜੇ ਇਨਟੇਕ ਹੈ ਅੱਗੇ ਬੱਚੇ ਅਗਲੇ ਇਨਟੇਕ 'ਚ ਜਾਣਗੇ। ਤੁਹਾਡੇ ਨਾਲ ਇਹ ਚੀਜ਼ਾਂ ਨਾ ਹੋਣ, ਜੇ ਸਾਈਪ੍ਰਸ ਜਾਣਾ ਹੈਗਾ ਸਟੱਡੀ ਵੀਜ਼ਾ ਵਾਸਤੇ, ਜਿੰਨਾ ਜਲਦੀ ਹੋ ਸਕੇ ਆਪਦੀ ਸੀਟ ਬੁੱਕ ਕਰਾਉਣੀ ਹੈਗੀ ਹੈ, ਅਤੇ ਜਿੰਨਾ ਜਲਦੀ ਹੋ ਸਕੇ ਆਪਦੇ ਪੇਰੈਂਟਸ ਨਾਲ, ਔਰ ਜਿਹੜੇ ਜ਼ਿਆਦਾ ਉਮਰ ਹੋ ਚੁੱਕੀ ਹੈ, ਘੱਟ ਪੜ੍ਹੇ ਲਿਖੇ ਹੈ, 3 ਜਾਂ 4 ਲੱਖ ਰੁਪਏ ਖਰਚ ਕੇ ਜਿੱਥੇ ਆਪਦੇ ਪੈਰਾਂ 'ਤੇ ਸਟੈਂਡ ਹੋਣਾ ਚਾਹੁੰਦੇ ਨੇ, ਇੱਥੇ ਕੋਈ ਕਰ ਨਹੀਂ ਰਹੇ ਜਾਂ ਜ਼ਿਆਦਾ ਅਰਨਿੰਗ ਨਹੀਂ ਹੈਗੀਆਂ, ਅਤੇ ਇਕੱਲੇ ਜਾ ਕੇ ਸਪਾਊਸ ਦੇ ਨਾਲ ਜਾ ਕੇ ਚੰਗੀਆਂ ਉੱਥੇ ਅਰਨਿੰਗ ਕਰ ਸਕਦੇ ਹੈਗੇ ਹੈ। ਬਿਲਕੁਲ ਜੀ। ਸੋ ਇਹ ਨਾ ਸੋਚਿਆ ਕਰੋ ਕਿ ਇਨਟੇਕ ਥੋੜ੍ਹਾ ਜਿਹਾ ਦੂਰ ਹੈ, ਉਦੋਂ ਤੱਕ ਇਹ ਦੇਖੋ ਕਿ ਜਦੋਂ ਇਨਟੇਕ ਬਿਲਕੁਲ ਨਜ਼ਦੀਕ ਆ ਜਾਂਦਾ ਸੀਟਸ ਫੁੱਲ ਹੋ ਜਾਂਦੀਆਂ ਨੇ, ਰਸ਼ ਬਹੁਤ ਜ਼ਿਆਦਾ ਹੋ ਜਾਂਦਾ, ਸੋ ਪਹਿਲਾਂ ਹੀ ਜਲਦ ਤੋਂ ਜਲਦੀ ਤੁਸੀਂ ਅਪਲਾਈ ਕਰ ਸਕਦੇ ਹੋ। ਅੱਛਾ ਸਰ, ਤੁਸੀਂ ਸਾਈਪ੍ਰਸ ਏਜ ਦੀ ਗੱਲ ਕੀਤੀ ਹੈਗੀ, ਹਾਂਜੀ, ਮੈਕਸੀਮਮ ਕਿੰਨੀ ਕੁ ਏਜ ਲਿਮਿਟ ਸਾਈਪ੍ਰਸ ਦੇ ਲਈ ਹੈਗੀ? ਸਾਈਪ੍ਰਸ ਸਟੱਡੀ ਵੀਜ਼ਾ ਵਾਸਤੇ ਜੀ, ਜੇ ਸਟੂਡੈਂਟ ਹੈ ਜਿਹੜਾ, ਬੇਸਿਕਲੀ ਸਟੱਡੀ ਵੀਜ਼ਾ ਹੈਗਾ ਸਾਈਪ੍ਰਸ ਦਾ, ਔਰ ਇਹਦੇ ਵਿੱਚ ਅਸੀਂ ਕਾਫੀ ਦੇਖਿਆ ਹੈਗਾ ਜਿਹੜੇ ਬੱਚੇ 38 ਤੱਕ ਜਾਂ 40 ਈਅਰ ਏਜ ਤੱਕ ਜਾ ਸਕਦੇ ਨੇ, ਬਟ 12th ਜਾਂ 10th ਜਾਂ 12th 50% ਮਾਰਕਸ ਨਾਲ ਕੀਤੀ ਹੋਣੀ ਚਾਹੀਦੀ ਹੈ। ਇਹ ਉਹਨਾਂ ਵਾਸਤੇ ਅਸੀਂ ਟਾਰਗੇਟ ਕਰਦੇ ਹਾਂ ਜਿਹੜੇ ਸ਼ੈਨਿੰਗਨ ਜਾਂ UK ਨਹੀਂ ਜਾ ਸਕੇ, ਉਮਰ ਜ਼ਿਆਦਾ ਹੋ ਗਈ ਜਾਂ ਕਿਤੇ ਰਿਜੈਕਸ਼ਨਾਂ ਹੋ ਗਈਆਂ ਜਾਂ ਟੂਰਿਸਟ ਵੀਜ਼ਾ 'ਚ ਰਿਜੈਕਸ਼ਨ ਹੋ ਗਈ, ਉਹ ਸਾਈਪ੍ਰਸ 1 ਸਾਲ ਰਹਿਣ, 2 ਦਿਨ ਕਲਾਸ ਅਟੈਂਡ ਕਰਨ, ਥੋੜ੍ਹਾ ਬਹੁਤਾ ਕਮਾਈ ਕਰਨ, ਗ੍ਰੀਕ ਲੈਂਗੁਏਜ ਸਿੱਖਣ, ਸਾਲ ਬਾਅਦ ਇੱਥੋਂ UK ਜਾਂ ਤੁਸੀਂ ਸ਼ੈਨਿੰਗਨ ਬੜਾ ਈਜ਼ੀ ਬਿਜ਼ਨਸ ਵੀਜ਼ਾ 'ਤੇ, ਟੂਰਿਸਟ ਵੀਜ਼ਾ 'ਤੇ ਵੈਰੀ ਈਜ਼ੀ ਨਿਕਲ ਸਕਦੇ ਹੋ, ਕਿਉਂਕਿ ਇੱਕ ਤੁਸੀਂ ਜੈਨੂਅਨ ਸਟੂਡੈਂਟ ਬਣ ਕੇ ਗਏ, ਗੈਪ ਤੁਹਾਡਾ ਕਵਰ ਹੋ ਗਿਆ, ਟਰੈਵਲ ਹਿਸਟਰੀ ਤੁਹਾਡੀ ਸਾਈਪ੍ਰਸ ਦੀ ਐਡ ਹੋ ਗਈ, ਐਜ਼ ਏ ਸਟੂਡੈਂਟ ਐਡ ਹੋ ਗਈ, ਉਸ ਤੋਂ ਬਾਅਦ ਤੁਸੀਂ ਸਾਲ ਬਾਅਦ ਜੇ ਤੁਸੀਂ ਇਹ ਵੀਜ਼ਾ ਟੂਰਿਸਟ ਵੀਜ਼ਾ ਜਾਂ ਬਿਜ਼ਨਸ ਵੀਜ਼ਾ UK ਦਾ ਜਾਂ ਸ਼ੈਨਿੰਗਨ ਦਾ ਅਪਲਾਈ ਕਰਦੇ ਹਾਂ, ਬੜਾ ਈਜ਼ੀ ਮਿਲ ਸਕਦਾ। ਕਾਫੀ ਉਦਾਹਰਣ ਹੈ ਜਿਹੜੇ ਸਾਡੇ ਬੱਚਾ ਉੱਥੇ ਬੈਠਿਆ ਹੈਗਾ, ਬਟ ਉਹਨਾਂ ਨੇ ਸਾਡੀਆਂ ਇੰਸਟਰਕਸ਼ਨ ਫੋਲੋ ਕੀਤੀਆਂ। ਇਸ ਕਰਕੇ ਕੋਈ ਵੀ ਚੀਜ਼ ਪੁੱਛਣੀ ਹੈ ਸਾਈਪ੍ਰਸ ਦੀ,
दसवीं बारहवीं पास 35-40 साल की उम्र 3-4 लाख रुपए का बजट वो सानू जिन्ना जल्दी हो सकन मिलन क्योंकि साढ़े कोल सीट्स बड़ी लिमिटेड हैगियां ने। सो बिल्कुल जी साइप्रस की ऑप्शन जी थोड़े कोल हैगी थोड़ा जहा वीक प्रोफाइल हैगा एज ज़्यादा हो चुकी है हुण असीं कितें जा नहीं सकते इत्थे देख लिया कोशिश करके 8-10 हज़ार तो वध कमा नहीं रहे तो इस करके तुहानू भी ओवरसीज जाण दा मौका जिहड़ा मिल सकता हैगा साइप्रस बेस्ट ऑप्शन जिहड़ी आ तुहाडे लई हैगी उस तो बाद माइग्रेशन की ऑप्शन भी मिल सकती है। अच्छा सर स्टडी वीज़ा नूं लैके हमेशा इनफोरमेशन स्टूडेंट नूं मिलदी रहिंदी है पर कितने ना कितने टूरिस्ट वीजा नूं लैके इनफॉर्मेशन बहुत ही घट प्रोवाइड करवाई जाती है जां बहुत सारी बहुत घट कंपनीज ने जो लैंदियां ने टूरिस्ट इहदे विच जी मैं अज एक गल दसन जा रहा हैगा जिवें टूरिस्ट वीजा जिहड़े आस्ट्रेलिया जाना चाहते ने कैनेडा जाना चाहते ने या शेनिंगन जाना चाहते ने या उन्हां दी कित्थों रिजैक्शन है ध्यान नाल सुणिया जी जिहड़े साडे दर्शक ये प्रोग्राम देख रहे ने मेरा ये प्रोग्राम ऐसे वार ऐसे चैनल ते हमेशा आएगा सही तो सच्ची सलाह सानू देने वास्ते जाने जाता है। टूरिस्ट वीज़ा दे विच असी कोई पहला पैसे नहीं लै रहे पैसे असी वीज़े तो बाद लेने हैं। टूरिस्ट वीज़ा दे विच चाहे ऑस्ट्रेलिया होवे चाहे शेनिंगन होवे चाहे कैनेडा होवे चाहे रिजेक्शन होवे सानू तुसी एक बार आके मिलते हो तुहाडी प्रोफाइल असी वेखनी है तुहाडे सारे फाइनैंशियल देखने हैं चाहे रिटर्न हैगियां नहीं हैगियां बैंकिंग हैगी है नहीं हैगी असी ये तुहानू जरूर दस देना वे विद इन 3-4 मंथ तुसी कुछ ट्रैवल हिस्टरी बनाओ या 6 महीनों दे विच कुछ बैंकिंग अच्छी करो जेन्युइन सलाह जिन्हों आप कह दें है तुक्का कोई नहीं। जेडे साडे दर्शक जिन्हों की रिजैक्शन है कैनेडा जाना चाहते हैं टूरिस्ट वीज़ा ते या चाहे बिजनेस वीज़ा ते या स्टडी वीज़ा ते भी जे कोई 6 बैंड 6.5 बैंड वाला बच्चा है असी कोई चार्ज नहीं करते स्टडी वीज़ा की गल कर रहे हैंगा। टूरिस्ट वीज़ा दे विच असी सारे पैसे वीज़े तो बाहर लेने कोई एम्बेसी फीस नहीं रहेगी पहले तुहाडी प्रोफाइल असी उही लांगे जिंदा सानू यकीन है साढ़े 10 साल के एक्सपीरियंस नाल बे इंदा वीज़ा आ जाएगा। तुसी कल्ले जाना है स्पाउस नाल जाना है आपदी फैमिली नाल जाना है पहले कितों रिजैक्शन हैगी है चंडीगढ़ करियर ओवरसीज़ फोन चुको एड्रैस लो अपॉइंटमेंट लो आके मिलिया जे काफ़ी चीज़ा ने जिहड़ियां टूरिस्ट वीज़ा विच नहीं पुछिया जांदियां और ना असी इन्ना ज़्यादा दस सकते हैं सिर्फ तुहाडे फाइनैंशियल चंगे होने चाहिए ने चाहे वह जे फॉर्म है चाहे तुहाडे कोई रेंटल इनकम है कोई भी इनकम के प्रूफ चाहिए होंदे है तुहाडा जाण दा सद्दा होना चाहिए कोई चंगा जाण दा परपज होना चाहिए चंगा आस्ट्रेलिया वास्ते शेनिंगन वास्ते यूरोप वास्ते या आस्ट्रेलिया वास्ते जे तुसीं टूरिस्ट वीज़ा चाहते हो कोई पैसा एडवांस नहीं हैगा सारे पैसे वीज़े तो बाद ले जाएंगे जिन्ना जल्दी हो सके सानू आके मिलिया जे पहले पूछ लिया जे भी की डॉक्यूमेंट लैके आने हैगे है और जे तुहाडी प्रोफाइल वीक रहेगी तो असी तुहाडे तो पहले ही तुहानू दस देंगे भी 3 महीने या 4 महीने ये काम करो जिंदे करके तुसी 3-4 महीने बीते पता नहीं लगना बट 4-5 महीने तुसी एलीजिबल हो जाओगे जिहड़ी कंट्री का भी तुसी ड्रीम लिया सीगा। जे टूरिस्ट वीज़ा लेना हैगा तो तुसी सानू आके मिलिया जे साडे कोई चार्जिज नहीं है सारे पैसे टूरिस्ट वीज़ा कोई भी कंट्री होवे जे कोई भी रिजैक्शन है टूरिस्ट वीज़ा वास्ते अप्लाई करना हैगा तो टूरिस्ट वीज़ा विच सारा पैसा असी वीज़े तो बाद लवांगे। और एक होर मैं जांदे जांदे दसना चाहवांगा जिहड़े साडे दर्शक PR लई सही ते सच्ची सलाह चाहते हैं कैनेडा की PR आस्ट्रेलिया की PR और कैनेडा दे विच 80 लाख रुपए की इनवैसटमेंट करके 80 लाख तो स्टार्ट है कैनेडा दे विच 80 लाख रुपए तो इनवैसटमेंट दे विच जाना चाहते इनवैसटमेंट कैटेगरी दे विच वीज़ा हैगा साडे कोल और उन्दे विच तुसी आपदी फैमिली नाल 80 लाख रुपए तो इनवैसट यानी स्टार्टिंग है बेसिकली तुसी आपदी फैमिली नाल कैनेडा जा सकते हो इस वास्ते ए ला लो भी अद्धे पौने घंटे की काउंसलिंग रहिंदी हैगी है कोई 4-5 पेजिज़ ने जिहड़े असी तुहाडे तो फिल कराने हैं उन्दे दौरान असी तुहानू दसांगे भी तुसी किवें जा सकते हैगे हो किसी की रिजैक्शन है कैनेडा स्टडी वीज़ा तो टूरिस्ट वीज़ा तो या PR तो या जिहड़ी 80 लाख रुपया इनवैसट करके कैनेडा जाओ विद फैमिली ये भी तुसी पुछना चाहते हैगे हो सलाह बिल्कुल फ्री ऑफ कोस्ट हैगी है सानू चंडीगढ़ आके मिलते हैगे हो तो असी तुहानू बड़ा चानण दे सकते हैं सारिया चीज़ां रिटर्न च रहणगियां एज पर अंबैसी नॉर्म्स और खासकर इनवैसटमेंट कैटेगरी जिहड़ी हैगी है जिंदे च 80 लाख तो इनवैसटमेंट स्टार्ट है कैनेडा दे विच तुसी PR विद फैमिली जा सकते हैगे हो उन्दे विच ज़्यादा एजुकेशन की नहीं लोड़ हैगी 12th पास हो ग्रैजुएट हो तुसी तां भी आपदी फैमिली नाल इनवैसटमेंट कैटेगरी दे विच कैनेडा जा सकते हैगे हो इनवैसटमेंट जिहड़ी स्टार्ट है 80 लाख रुपए तो लैके 2 करोड़ रुपए दे विच है। सो बिल्कुल जी स्टडी वीज़ा चाहिए टूरिस्ट वीज़ा चाहिए PR चाहिए हैगी विद फैमिली जेकर तुसी PR लैनी सो UK जाना कैनेडा ऑस्ट्रेलिया शेनेगन साइप्रस जिथे भी जाना चाहते हो तुहाडे प्रोफाइल के हिसाब के नाल केड़ी कंट्री तुहानू सूट करेगी एक जो तो प्रॉपर जानकारी मिल जाएगी फिर तुसी अप्लाई कर सकते हो जी नंबर लगातार TV स्क्रीन पर फ्लैश हो रहे हैं। सो थैंक यू सो मच सर थैंक यू सो मच जी।
ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।